ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 24 ਘੰਟੇ ਬਾਅਦ ਵੀ ਬੰਦ ਹੈ, ਜਿਸ 'ਚ ਟੋਲ ਕਲੈਕਸ਼ਨ ਦੇ ਕੈਬਨ ਨੂੰ ਤੋੜਨ ਦੀ ਵੀਡੀਓ ਵੀ ਸਾਹਮਣੇ ਆਈ ਹੈ। 24 ਘੰਟੇ ਬੀਤਣ ਦੇ ਬਾਵਜੂਦ ਵੀ MP ਲੁਧਿਆਣਾ ਰਵਨੀਤ ਸਿੰਘ ਬਿੱਟੂ ਟੋਲ ਉੱਤੇ ਸਮਰਥਕਾਂ ਸਮੇਤ ਹਜੇ ਵੀ ਡਟੇ ਹੋਏ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੁਆਰਾ ਮਹਾਨਗਰ ਦੇ 3 ਪੁਲਾਂ ਦੇ ਨਿਰਮਾਣ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਲਾ ਹੀ ਉਹਨਾਂ 'ਤੇ ਕੇਸ ਦਰਜ ਹੋ ਜਾਣ, ਇਸ ਦੀ ਉਹਨਾਂ ਕੋਈ ਪਰਵਾਹ ਨਹੀਂ ਹੈ, ਸਗੋਂ ਵਿਰੋਧੀ ਧਿਰ ਵੀ ਇੱਥੇ ਆ ਕੇ ਯੋਗਦਾਨ ਪਾਵੇ ਅਤੇ ਲੋਕਾਂ ਦੇ ਮੁੱਦੇ ਨੂੰ ਸਟੰਟ ਨਾ ਆਖੇ ਅਤੇ ਗਡਕਰੀ ਨੂੰ ਜਾ ਕੇ ਟੋਲ ਬੰਦ ਕਰਨ ਅਤੇ ਕੰਮ ਸ਼ੁਰੂ ਕਰਨ ਦੇ ਲਈ ਆਖੇ। ਸ਼ੀਸ਼ਾ ਟੁੱਟਣ ਦੇ ਬਾਰੇ 'ਚ ਉਹਨਾਂ ਕਿਹਾ ਕਿ ਛੋਟਾ ਜਿਹਾ ਸ਼ੀਸ਼ਾ ਕੈਬਿਨ ਦਾ ਟੁੱਟਿਆ ਹੈ, ਜੋ ਕਿ ਇੰਨੀ ਜ਼ਿਆਦਾ ਭੀੜ 'ਚ ਟੁੱਟਣਾ ਕੋਈ ਵੱਡੀ ਗੱਲ ਨਹੀਂ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮੰਗ ਰੱਖੀ ਹੈ ਕਿ ਇਹ ਟੋਲ ਪਲਾਜ਼ਾ ਪੰਜਾਬ ਤੋਂ ਮਹਿੰਗਾ ਟੋਲ ਹੈ, ਜਿੱਥੇ ਰੇਟ ਨੂੰ ਘੱਟ ਕੀਤਾ ਜਾਵੇ। ਉੱਧਰ ਤਾਲਾਬੰਦੀ ਦੌਰਾਨ ਕਾਂਗਰਸ ਨੇਤਾ ਕਮਲਜੀਤ ਦੁਆਰਾ ਟੋਲ ਕਲੈਕਸ਼ਨ ਦੇ ਕੈਬਿਨ ਨੂੰ ਤੋੜਨ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਹਜੇ ਤੱਕ ਕੋਈ ਵੀ ਮੰਗ ਜਿਹੜੀ ਉਹ ਪੂਰੀ ਨਹੀਂ। ਮੰਗ ਤਾਂ ਕੀ ਆ ਵੀ ਉਹ ਕੰਮ ਸ਼ੁਰੂ ਕਰੋ। ਕੰਮ ਤਾਂ ਸ਼ੁਰੂ ਕਰ ਦੇਣਗੇ, ਪਰ ਨਾਲ ਉਹਦਾ ਵਿਸ਼ਵਾਸ ਦਿਵਾਉਣਾ ਪਏਗਾ ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੂੰ, ਆ ਪਾ ਕੇ, ਅਤੇ ਸੋਮਾ ਕੰਪਨੀ ਨੂੰ। ਇਹ ਕੰਪਨੀ ਵਾਲੇ ਤਾਂ ਫਿਰ ਰਹੇ ਨੇ ਕਿਉਂਕਿ ਇਹਨਾਂ ਦਾ ਟੋਲ ਬੰਦ ਹੋ ਰਿਹਾ। ਨੈਸ਼ਨਲ ਹਾਈਵੇ ਜਿੰਨਾ ਚਿਰ ਇਹ ਦੋਨੋਂ ਨਹੀਂ ਆਉਂਦੇ, ਦੋਨੋਂ ਆ ਕੇ ਗੱਲ ਨਹੀਂ ਕਹਿੰਦੇ ਵੀ ਆਹ ਭਾਈ ਅਸੀਂ ਕੰਮ ਸ਼ੁਰੂ ਕਰਤਾ, ਆਹ ਸਾਡੀ ਟਾਈਮ ਲਾਈਨ ਆ, ਇੰਨੇ ਚਿਰ ਅਸੀਂ ਕੰਮ ਕੰਪਲੀਟ ਕਰਾਂਗੇ ਅਤੇ ਉਨਾ ਚਿਰ ਅਸੀਂ ਇੱਥੇ ਬੈਠੇ ਹਾਂ। ਚਾਹੇ ਇਹਨੂੰ ਕੁਛ ਵੀ ਇਹ ਸਮਝਣ, ਚਾਹੇ ਪਰਚੇ ਦਰਜ ਕਰਵਾਉਣ, FIR ਦਰਜ ਕਰਵਾਉਣ, ਉਹ ਇਹਨਾਂ ਦੀ ਮਰਜ਼ੀ ਆ। ਚਾਹੇ ਕਹਿਣ ਸਾਡਾ ਭੰਨਤਾ ਤੋੜਤਾ, ਪਰ ਲੋਕਾਂ ਨੂੰ ਪੈਸਾ ਉਨਾ ਚਿਰ ਨਹੀਂ ਦੇਣ ਦੇਣਾ ਜਿੰਨਾ ਚਿਰ ਕੰਮ ਨਹੀਂ ਸ਼ੁਰੂ ਹੁੰਦਾ। ਨਹੀਂ ਦੇਖੋ, ਸਾਰੇ NGOs ਜਿਹੜੀਆਂ ਜਥੇਬੰਦੀਆਂ ਹੈ, ਜਿਹੜੇ ਸੰਗਠਨ ਨੇ, ਆ ਹੁਣੀ ਫਲੋਰ ਤੋਂ ਸਾਰੇ ਆ ਕੇ ਗਏ ਨੇ ਇਕੱਠੇ ਹੋ ਕੇ, NGO ਆ ਕੇ ਲੁਧਿਆਣੇ ਤੋਂ ਮੈਸੇਜ ਭੇਜ ਰਹੇ ਆ। ਪਰ ਹਜੇ ਅਸੀਂ ਸਾਰਿਆਂ ਨੂੰ ਕਿਹਾ ਵੀ ਥੋੜ੍ਹਾ ਰੁਕ ਕੇ, ਕਿਉਂਕਿ ਇਹ ਟ੍ਰੈਫਿਕ ਆ, ਇੱਥੇ ਗੱਡੀਆਂ ਜਦੋਂ ਖੜ੍ਹਦੀਆਂ ਸੜਕ ਡਿਸਟਰਬ ਹੁੰਦੀ ਆ। ਕੱਲ੍ਹ ਅਸੀਂ ਦੇਖਿਆ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਆਇਆ, ਅਤੇ ਹੁਣ ਮੇਨ ਲੀਡਰਸ਼ਿਪ ਆ ਜਿਹੜੀ ਉਹ ਇਸ ਵੇਲੇ ਮੌਜੂਦ ਆ। ਜੇ ਲੋਕਾਂ ਨੂੰ ਬੁਲਾਉਣ ਦੀ, ਸੰਗਠਨਾਂ ਨੂੰ ਬੁਲਾਉਣ ਦੀ ਲੋੜ ਪਏਗੀ ਤਾਂ ਫਿਰ ਉਹ ਸਟੈਪ ਵੀ ਲਵਾਂਗੇ। ਪਰ ਹਜੇ ਸਭ ਨੂੰ ਕਿਹਾ ਹੈ ਵੀ ਆਪਣੇ ਆਪਣੇ ਜਗ੍ਹਾ 'ਤੇ ਰਹਿ ਕੇ ਆਪਣੀ ਆਪਣੀ ਸਪੋਰਟ ਜਿਹੜੀ ਆ ਉਹ ਜ਼ਾਹਿਰ ਕਰੋ, ਪਰ ਉਰੇ ਟ੍ਰੈਫਿਕ ਨਾ ਜਾਮ ਹੋਵੇ, ਉਰੇ ਕੋਈ ਅਵਸਥਾ ਨਾ ਹਿਲੇ, ਉਹਦੇ ਕਰਕੇ ਸਾਰਿਆਂ ਨੂੰ ਰੋਕਿਆ ਹੈ। ਇਹ ਗੱਲ ਵੀ ਸਾਹਮਣੇ ਆਈ ਆ ਵੀ ਇਹ ਸਾਰੇ ਹਿੰਦੁਸਤਾਨ 'ਚੋਂ 2 ਟੋਲ ਨੇ, ਇੱਕ ਹੋਰ ਆ ਕੋਈ ਕਿਤੇ, ਜਿਹੜੇ ਸਭ ਤੋਂ ਮਹਿੰਗੇ ਟੋਲ ਨੇ। ਅਤੇ ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਇਹਦਾ ਕੇਸ ਸਟੱਡੀ ਕਰਕੇ ਵੀ ਕੀ ਇਹਦੇ ਪਿੱਛੇ ਕਾਰਨ ਨੇ, ਕਿਉਂ ਇਹ ਮਹਿੰਗਾ ਹੈ, ਕੀ ਇਹਦੇ ਪਿੱਛੇ ਕੋਈ ਐਗਰੀਮੈਂਟ ਨੇ, ਕੀ ਨੇ, ਉਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਕੇ ਜਿਹੜੇ ਸਾਡੇ ਮਾਹਰ ਨੇ ਉਹਨਾਂ ਨੂੰ ਲਾ ਕੇ ਫਿਰ ਇਹ ਇਸ਼ੂ ਵੀ ਜਿਹੜਾ, ਬਿਲਕੁਲ ਤੁਹਾਡੀ ਗੱਲ ਠੀਕ ਆ, ਇੰਨਾ ਵੱਡਾ ਜਿਹੜਾ ਵੱਡੀ ਜਿਹੜੀ ਪੈਸੇ ਦੀ ਇਨਵੋਲਵਮੈਂਟ ਹੈ ਇਹਦੇ ਵਿੱਚ, ਇਹਦੇ ਬਾਰੇ ਵੀ ਜ਼ਰੂਰ ਇਸ਼ੂ ਆ ਜਿਹੜਾ ਉਹ ਚੱਕਿਆ ਜਾਏਗਾ। ਮੇਰੀ ਤਾਂ ਅੱਜ ਵੀ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਸੀਰੀਅਸ ਲਿਆ ਕਰਨ, ਇਹਨਾਂ ਨੂੰ ਸਟੰਟ ਨਾ ਸਮਝਣ, ਉਰੇ ਆ ਕੇ ਆਪ ਉਹ ਵੀ ਲੋਕਾਂ ਦੇ ਸੰਘਰਸ਼, ਲੋਕਾਂ ਦੀ ਲੜਾਈ ਦੇ ਵਿੱਚ ਸ਼ਾਮਲ ਹੋਣ, ਉਹਨਾਂ ਨੂੰ ਵੀ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ। ਜੇ ਅਸੀਂ ਲੋਕਾਂ ਦੇ ਇਸ਼ੂ ਨੂੰ ਸਟੰਟ ਕਵਾਂਗੇ ਤਾਂ ਫਿਰ ਲੋਕ ਵੀ ਸਾਡੇ 'ਤੇ ਵਿਸ਼ਵਾਸ ਨਹੀਂ ਕਰਨਗੇ, ਲੋਕ ਵੀ ਉਹ ਪਾਰਟੀਆਂ 'ਤੇ ਵਿਸ਼ਵਾਸ ਨਹੀਂ ਕਰਨਗੇ ਜਿਹੜੇ ਲੋਕ ਮੁੱਦਿਆਂ ਨੂੰ, ਲੋਕਾਂ ਦੇ ਇਸ਼ੂਜ਼ ਨੂੰ ਸਟੰਟ ਕਹਿਣਗੇ। ਅਤੇ ਇਸ ਕਰਕੇ ਮੈਂ ਸਮਝਦਾ ਉਹਨਾਂ ਨੂੰ ਵੀ ਇਸ ਯੱਗ ਦੇ ਵਿੱਚ ਆਪਣਾ ਯੋਗਦਾਨ, ਹਿੱਸਾ ਜਿਹੜਾ ਅਕਾਲੀ ਦਲ BJP ਨੂੰ ਪਾਉਣਾ ਚਾਹੀਦਾ, ਨਹੀਂ ਜਾ ਕੇ ਗਡਕਰੀ ਸਾਹਿਬ ਨੂੰ ਮਨਾਉਣਾ ਚਾਹੀਦਾ ਵੀ ਆਹ ਟੋਲ ਬੰਦ ਕਰੋ ਜੀ ਜਾਂ ਸਾਡੇ ਕੰਮ ਕਰੋ। 2 ਗੱਲਾਂ ਨਹੀਂ ਚੱਲਣਗੀਆਂ, ਇੱਕ ਪਾਸੇ ਸਟੰਟ ਦੱਸਦੇ ਆ, ਇੱਕ ਪਾਸੇ ਲੋਕਾਂ ਨੂੰ ਲੁੱਟਦੇ ਆ, ਇਹ 2 ਚੀਜ਼ਾਂ ਨਹੀਂ। ਇਹ ਪੈਸਾ ਜਾ ਕਿੱਥੇ ਰਿਹਾ, 50 ਲੱਖ ਰੁਪਈਆ? ਇਹ ਦਿੱਲੀ ਤੱਕ ਕਿਹਦੇ ਕੋਲ ਜਾ ਰਿਹਾ 50 ਲੱਖ ਰੁਪਈਆ ਰੋਜ਼ ਦੀ ਕਲੈਕਸ਼ਨ ਕੰਮ ਬਗੈਰ ਕੀਤੇ? ਅਤੇ ਇਸ ਕਰਕੇ ਇਹਦਾ ਵੀ ਚਾਨਣ ਪਾਉਣ ਜਿਹੜੇ ਸਟੰਟ ਕਹਿੰਦੇ ਆ ਇਹਨੂੰ। ਦੇਖੋ ਜੋ ਸਾਨੂੰ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਵੀ ਇੱਕ ਜਿਹੜਾ ਛੋਟਾ ਸ਼ੀਸ਼ਾ ਹੈ ਉਹ ਇੱਕ ਜਗ੍ਹਾ ਦਾ ਟੁੱਟਿਆ ਹੈ, ਕਿਉਂਕਿ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਐਡਾ ਵੱਡਾ ਰਸ਼, ਐਡੀ ਵੱਡਾ ਹਜੂਮ ਆ ਜਿਹੜਾ ਜਾਂਦਾ ਹੈ, ਉਹ ਕਿਤੇ ਨਾ ਕਿਤੇ ਜਦੋਂ ਧੱਕਾ ਲੱਗਦਾ, ਕਿਉਂਕਿ ਮੂਹਰੇ ਪੁਲਿਸ ਖੜ੍ਹੀ ਸੀ, ਉਹ ਜ਼ਰੂਰ ਕਿਸੇ ਦੀ ਬਾਂਹ, ਕਿਸੇ ਦਾ ਹੱਥ, ਕੋਈ ਚੀਜ਼ ਲੱਗ ਸਕਦੀ ਹੈ, ਜਿਹਦੇ ਨਾਲ ਛੋਟਾ ਜਿਹਾ ਸ਼ੀਸ਼ਾ ਹੈ ਜਿਹੜਾ ਇੱਕ ਟੁੱਟਿਆ ਹੈ, ਜਿਹਨੂੰ ਮੈਂ ਸਮਝਦਾ, ਕਿਉਂਕਿ ਕੁਦਰਤੀ ਗੱਲ ਹੁੰਦੀ ਹੈ, ਕੰਪਨੀ ਵਾਲਿਆਂ ਨੇ ਵੀ ਕੋਈ ਨਾ ਕੋਈ ਇਸ਼ੂ ਬਣਾਉਣਾ ਹੁੰਦਾ ਆਪਣਾ, ਉਹ ਇਸ਼ੂ ਆ ਜਿਹੜਾ ਉਹ ਇੱਕ ਛੋਟੇ ਸ਼ੀਸ਼ੇ ਟੁੱਟੇ ਦਾ ਜ਼ਰੂਰ ਬਣਾ ਰਹੇ ਆ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।